ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਮ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਜਿਹੜੀ ਆ ਨੀਲੀ ਰਾਵੀ ਦੀ ਤੁਹਾਨੂੰ ਦਿਖਾਉਣੀ ਆ। ਗੱਲਬਾਤ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ 5 ਸੀ, ਵੇਖੀਆਂ ਸਾਰੀਆਂ। ਕੱਲ੍ਹ ਦੀਆਂ ਦੇਖ ਲਓ ਕਿੱਧਰੋਂ ਵਧੀਆ, ਅੱਜ ਕਿੱਧਰੋਂ ਸ਼ੁਰੂ ਕਰੀਏ। ਕੱਲ੍ਹ ਜਗ੍ਹਾ ਨਹੀਂ ਲੱਭਣ ਦੀ, ਖਲਵਾਉਣ ਦੀ ਵੀ ਅਤੇ ਅੱਜ ਇੱਕੋ ਹੀ ਜੇ। ਅੱਜ ਇੱਕ ਹੀ ਕੱਟਾ ਗੁੱਟਾ ਸਾਹਿਬ ਵੇਖੇ ਮਾਰ ਹੀ ਕਰਪਾ। ਅੱਛਾ, ਸਾਰੇ 5 ਸੀ। ਕੱਟੇ ਦੀ ਜਾਣ ਬਚਾਈ ਦੀ ਗਿਆ ਵੀ ਚੰਗੇ ਥਾਂ, ਪੁੰਨ ਵਾਲੇ ਥਾਂ। ਅੱਛਾ, ਬੜੇ ਵਧੀਆ ਥਾਂ ਦੇ ਗਿਆ ਜਗ੍ਹਾ ਦੇ। ਤੇ ਉਹਦੇ ਕਿੰਨੇ ਕੁ ਫੋਨ ਆਏ? 36,000 ਵਾਲੀ ਮਾਝ ਦੇ ਤੇ 13,000 ਵਾਲੀ ਫੋਨ ਤੇ ਸਾਰੇ ਰੰਗਾਂ ਦੇ ਬੜੇ ਆਏ ਜੀ। ਅੱਛਾ, ਤੁਹਾਨੂੰ ਪਤਾ ਫੋਨ ਤੇ ਇੱਦਾਂ ਆਉਂਦੇ, ਉਹਦੇ ਰੀਤੇ ਫੋਨ ਤੇ ਆਉਣੇ ਹੀ ਆ। ਹਾਂਜੀ ਹਾਂ, ਕੱਟੇ ਦੇ ਫੋਨ ਹੀ ਬੜੇ ਚੜਦੇ ਆਏ ਆ। ਅੱਛਾ, ਕੱਟਾ ਬੰਦਾ ਜੀ, ਪਹਿਲਾਂ ਇੱਕ ਬੰਦੇ ਨੂੰ ਖਰਾਬ ਕੀਤਾ ਮੈਂ ਭਾਈ, ਮੈਂ ਸਾਈ ਪਾਉਣ ਲੱਗਾ ਵਾਂ। ਅੱਛਾ, ਤੁਹਾਨੂੰ ਹੁਣੇ 2 ਮਿੰਟ 'ਚ ਪਾ, 5 ਮਿੰਟ 'ਚ। ਅੱਛਾ, ਮੈਂ ਨਹੀਂ ਭਾਈ ਦਾ ਨਾਂ ਸੀ, ਮੁੜ ਕੇ ਇੱਧਰ ਦਾ ਬੰਦਾ ਆਇਆ, ਘੋਗਾ ਜੀ ਅਲੀਆ ਨਹਿਰਾਂ ਦਾ। ਹਾਂਜੀ ਹਾਂਜੀ, ਉਸ ਦਾ ਮੁੰਡਾ ਸੱਜਣ ਮਿੱਤਰ ਕੋਲ ਲੈ ਗਿਆ। ਅੱਛਾ ਅੱਛਾ, ਯਾ ਸਿਰੇ ਅੱਜ ਆ। ਅੱਛਾ ਅੱਛਾ, ਅੱਜ ਹੀ ਖੜਿਆ ਵਾ, ਠੀਕ ਆ। ਤੇ ਚਲੋ ਨਾਮ ਦੱਸ ਦੇ ਕਰੀ ਆਪ। ਨਾਮ ਸੋਨੂ ਸੀ, ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ ਕਰੀ। 9165-7501। ਠੀਕ ਆ। ਤੇ ਅੱਜ ਇੱਕ ਫਿਰ ਨੀਲੀ ਦੀ ਮੱਝ ਲੈਣ ਤੀ ਜੀ। ਕੱਟੀ ਲੋਈ ਜੀ ਮਗਰ। ਅੱਛਾ, ਮਗਰ ਇਹਦੇ ਕੱਟੀ ਆ ਵਾਲੀ, ਕੱਟੀ ਲੋਈ ਜੀ। ਠੀਕ ਆ ਜੀ। ਤੇ ਕਿਨਵਾਂ ਸੂਆ ਜੀ ਇਹਦਾ? ਸੂਆ ਭਾਜੀ ਹੁਣ ਤੀਜਾ ਸੂਆ ਜੀ, ਦੂਜਾ ਆਦੇ ਪਰ ਤੀਜੇ ਨਹੀਂ, ਉਹ ਦੂਜੇ ਆਦੇ ਆ। ਠੀਕ ਆ, ਨਹੀਂ ਸਿੰਘ ਬੜਾ ਖੁੱਲਾ ਕਰ ਗਈ ਹੈ। ਬਾਕੀ ਕੱਦ ਕਾਠ ਤੇ ਕਾਫੀ ਚੰਗਾ ਵਾ ਇਹਦਾ, ਹਨਾ। ਤੇ ਦੁੱਧ ਕਿੰਨਾ ਮੁੱਕੇ ਦੇ? ਦੁੱਧ ਵੀ ਜੀ 7 ਕਿਲੋ ਜੀ। 7 ਕਿਲੋ ਆ? ਹਾਂ, ਕਿਹੜੇ ਲੋਪੇ ਥਾਂ ਕੱਲ ਸਾਡੇ ਕੋਲ ਆਈ ਆ। ਹਾਂਜੀ ਹਾਂਜੀ, ਜਾਵੇ ਆਵੇ ਨੱਥ ਕੱਢੀ ਨਾ ਕੇ ਨਾਥੀ ਦੇ। ਠੀਕ ਹੈ ਜੀ, ਨੱਥ ਵੀ ਆਵੇ ਵੱਡੀ ਦੇ ਨਾ ਕੇ ਨਾਥੀ ਆਵੇ, ਉਹ ਵੱਡੀ ਕੋ ਕੱਢਦੀ ਹੈ। ਠੀਕ ਹੈ ਜੀ, ਨੱਥ ਵੀ ਮੋਟੀ ਪਾਈ ਜਾਣਾ ਕਿਸੇ ਨੇ। ਤੇ ਹੁਣ ਮੰਨ ਲਓ ਅਸੀਂ ਨੱਥ ਹੁਣ ਆਈ ਆ, ਕਿਹੜੇ ਪਾਤ ਪਾਤਾ ਫਰਕ ਪੈ ਸਕਦਾ ਭਾਈ ਆ। ਹਾਂਜੀ ਹਾਂਜੀ, ਕੱਲ ਸਾਡੇ ਕੋਲ ਆਈ, ਅੱਜ ਹੁਣ ਮੰਨ ਲਓ ਬੋਲ ਕੇ ਚੱਲ ਗਈ। ਤੇ ਚੋਣ 1 ਨੰਬਰ ਦੀ ਚਵਾਜ ਨੇ, ਬੱਚਾ ਲਾ ਦਿੰਦੇ ਆ। ਦਿਖਾਈ ਦੋ ਫਿਰ, ਕਰੀ ਲਾ ਦੋ ਬੱਚਾ। ਮਿਲਦੀ ਕੱਟੀ ਤੇ ਦੋਵੇਂ ਟਾਈਮ? ਕੱਟੀ ਦੇ, ਕੱਟੀ ਦੇ ਬਿਆਨ ਮਿਲਦੀ ਫਿਰ ਆਪਣੀ 5 ਵਜੇ ਚਵਾਈ ਹੋਈ ਏ ਕੱਟੀ ਤੇ ਜਿਹੜੀ ਮਿਲਦੀ ਆ। ਹਾਂ, ਦੇਖ ਸਕਦੇ ਜੀ। ਕੱਟੀ ਜਿਹੜੀ ਵੀਰ ਜਿਹਨਾਂ ਨੇ ਥੱਲੇ ਛੱਡਤੀ ਆ, ਬਾਕੀ ਕੱਟੀ ਵੀ ਕੋਈ ਸਾਂਭ ਵਾਲਾ ਕੋਈ ਵੀਰ ਲੈ ਜਾਊਗਾ। ਕੱਟੀ ਵੀ ਜੇ ਕਿਸੇ ਨੇ ਕੱਟੀ ਵੀ ਸਾਂਭਣੀ ਤੇ ਕੱਟੀ ਵੀ ਜਲਦੀ ਤਿਆਰ ਹੋ ਜਾਊਗੀ। ਪਲੀ ਪਲੋਸੀ ਕੱਟੀ ਆ ਜਿਹੜੀ ਮਗਰ। ਹਾਂ, ਦੇਖ ਧੋਂਦੇ ਹੋ ਕਿਹੜਾ ਕੱਟੀ ਦੇ ਉਹਦੇ ਨੇ। ਕਰੀਏ ਚਵਾਈ ਥਾਣ ਦੇਖ ਸਕਦੇ ਤਾਂ ਇੱਕ ਵਾਰੀ ਦਿਖਾ ਦੇ ਵੀਰ ਜੀ, ਅਗਲੇ ਥਾਣਾਂ ਦੇ ਚਵਾ ਦਿਖਾ ਦੇ ਮਗਲਿਆਂ ਨੇ ਮਾਰ ਦੀ ਕਰੋ। ਹਾਂ, ਦੇਖ ਸਕਦੇ ਜੀ, ਉਹਨਾਂ ਦੀ ਖੁਰਾਕ ਬਾਲ ਦੀ ਜਗ੍ਹਾ ਪੂਰਾ। ਠੀਕ ਹੈ ਜੀ। ਤੇ ਅਗਲੇ ਥਾਣਾਂ ਦਾ ਚਵਾ ਦਿਖਾ ਦਾ ਫਿਰ, ਬਾਕੀ ਹੈਗੇ ਵੀ ਦੇਖਣ 'ਚ ਜਿਹੜੀ ਪੋਲੀ। ਠੀਕ ਹੈ ਜੀ, ਤੋਰੀਆ ਵੀਰ ਜੀ ਫਿਰ ਇੱਕ ਵਾਰੀ ਨਾ ਤੋਰੀਆ। ਹਾਂਜੀ, ਖੋਲੋ। ਹਾਂ ਫਿਰ, ਬਾਕੀ ਕੋਈ ਭਾੜਾ ਨਹੀਂ ਪਾਇਆ, ਕੋਈ ਕੁਝ ਨਹੀਂ, ਇਤਨੇ ਕੱਟੀ ਛੱਡੋ ਅਤੇ ਬਸ ਜਿਹੜੀ ਚੋਲੋ ਅਤੇ ਨਿਸ਼ਾਨੀਆਂ ਜਿਹੜੀਆਂ ਨੀਲੀ ਦੀ, ਜੋ ਕੱਟੀ ਸਾਰੀ ਪਛਾੜੀ ਤੱਕ ਮੈਨੂੰ ਨੀਲੀ ਦੀ ਜੇ ਨਿਸ਼ਾਨੀਆਂ ਸਾਰੀਆਂ ਜਿਹੜੀਆਂ ਨੀਲੀ ਦੀਆਂ ਪੂਰੀਆਂ ਇਹਦੇ। ਵੱਡੀ ਮੱਝ ਭਾਜੀ, ਉਂਝ ਵੀ ਜਿਹੜਾ ਕੱਦ ਕਾਠ ਵੀ ਚੰਗਾ ਵਾ। ਮੰਨ ਲਓ ਜ਼ਿਆਦਾ ਨਹੀਂ, ਆਪਾਂ ਦੇ 35-36 ਜਾਂ 37 ਜਾਂ 2 ਨੰਬਰ ਜਾ। ਠੀਕ ਹੈ ਜੀ, ਕੱਟੀ ਲਾਹ ਗਈ ਕੱਟੀ ਤੋਂ ਬਗੈਰ ਹੀ, ਜਿਹੜੀ ਕਹਿੰਦੇ ਕਿ 35-36 ਜਾਂ 37 ਜਾਂ 2 ਨੰਬਰ 'ਚ। ਠੀਕ ਹੈ ਜੀ, ਬਾਕੀ ਹੈਗੇ ਤੇ ਕੱਟੀ ਫਿਰ ਨਾਲੇ ਦੇ ਦੇਣੀ ਵੀਰ ਜੀ। ਕੱਟੀ ਤੇ ਭਾਜੀ, ਕੱਟੀ ਤੇ ਬਿਨਾਂ ਨਹੀਂ ਮਿਲਦਾ ਨਹੀਂ, ਕੱਟੀ ਤੋਂ ਬਗੈਰ ਜਿਹੜੀ ਕਹਿੰਦੇ ਕਿ ਮਿਲਦੀ ਨਹੀਂ ਆ। ਤੇ ਦੁੱਧ ਮੌਕੇ ਤੇ ਜਿਹੜਾ 7 ਲੀਟਰ ਦੱਸਦੇ ਆ, ਬਾਕੀ ਇੱਥੇ ਆ ਕੇ ਚਵਾ ਕੇ ਖੜੋ। ਤੇ ਮੁੱਲ ਜਿਹੜਾ ਹੁਣ ਇਹਦਾ ਆਪਾਂ ਵੀਰ ਜੀ ਨਾਲ ਤਾਂ ਪੁੱਛ ਲੈਂਦੇ ਹਾਂ, ਕਰ ਦੇ ਵੀਰ ਜੀ ਜਾਇਜ਼ ਜਿਹਾ ਮੁੱਲ ਫਿਰ ਇਹਦਾ। ਕਰ ਜਾਵੇ ਵਿਹਲੇ ਫੋਨ ਤੇ, ਕੱਲ੍ਹ ਨੂੰ ਫਿਰ 50,000 ਚੋਂ ਕਰੋ। ਹੁਣ ਤੁਹਾਨੂੰ ਪਤਾ ਪਾਣੀ ਪੂਣੀ, ਪਾਣੀ ਪੂਣੀ ਬੜਾ ਆਇਆ ਪਿਆ ਕਈਆਂ ਜਗ੍ਹਾ ਦੇ, ਕਰ ਦਿਓ ਜਾਇਜ਼ ਜਿਹਾ ਫਿਰ। ਦੱਸੋ ਅੱਜ ਮੁੱਲ, ਤੁਹਾਨੂੰ ਪਤਾ ਕਿ ਇਹੋ ਜਿਹਾ ਚੱਲਣ ਦਿਆ, ਤੁਸੀਂ ਦੱਸੋ। ਕਰ ਦਿਓ 2,000 ਫਿਰ, 2 ਹੋਰ ਕਰ ਦਈਏ। ਅੱਛਾ, 46 ਦੇ ਦੇਣੀ, 46 ਦੀ ਦੇ ਦੇਣੀ। 46,000 ਦੀ ਮੱਝ ਭਾਈ, ਮੰਨ ਲਓ ਦੁੱਧ ਪੀ ਗਏ ਵੀ ਨਾ। ਹਾਂਜੀ, ਫਿਰ 35-36 ਜਾਂ 37 ਹਜ਼ਾਰ ਦੀ ਆ। ਹਾਂਜੀ, ਲਾ ਕੇ ਵੀ ਕੱਟੀ ਲਾ ਕੇ, ਹਨਾ। ਇਹ ਕਿਹੜੀ ਮੱਲ ਸੀ ਰਾਜੀ ਆ, ਪਲੀ ਪੁਲੀ ਆ, ਵੇਲੋ ਕਿਹੜੀ। ਹਾਂ, ਦੇਖ ਸਕਦੇ, ਠੀਕ ਆ ਰਾਜ। ਹਾਂ, ਬਾਕੀ ਗਾਂ ਇਹ ਪਰਸੋਂ ਦੀ ਉਹਨਾਂ ਕਰਾ ਦਿੱਤੀ ਹੈ। ਅੱਛਾ, ਪਰਸੋਂ ਦੀ ਬਣੀ, ਐਵੇਂ ਕਹਿ ਦਈਏ 10 ਦਿਨ ਹੋ ਗਏ ਬਣੀ ਨੂੰ, 15 ਦਿਨ ਹੋ ਗਏ ਆ। ਅੱਛਾ, ਪਰਸੋਂ ਦੀ ਬਣ ਵੀ ਗਈ ਹੈ, ਪਰਸੋਂ ਦੀ ਬਣੀ ਆ। ਹਾਂ, 3 ਕਿਲੋ ਬਣੀ। ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ? ਹਾਂ, ਬਾਕੀ ਆਪਣੀ ਚਵਾਈ 1 ਨੰਬਰ ਦੀ, ਦੁੱਧ ਕਿਸੇ ਨੇ ਪਾਤ ਪਾ ਕੇ ਫਿਰ ਫਰਕ ਪਾਈ, ਉਪਰੇ ਥਾਂ ਜਾ ਪੈ ਜਾਂਦਾ ਵਾ। ਹਾਂਜੀ ਹਾਂਜੀ, ਮੇਰੇ ਕੋ ਆਈ ਆ ਮਤਲਬ, ਅੱਜ ਹੋਰ ਕਿਤੇ ਫਿਰ ਡੰਗਰ ਉਪਰੇ ਥਾਂ ਕਰੀ ਜਾਂਦਾ ਵਾ। ਹਾਂਜੀ ਹਾਂਜੀ, ਮੇਰੇ ਵੀਰ ਭਰਾ ਕਹਿੰਦੇ ਯਾਰ ਦੁੱਧ ਘੱਟ ਦਿੱਤਾ ਕਿ ਲੋਕ ਅੜੀ ਪਾ। ਹਾਂਜੀ ਹਾਂਜੀ, ਉਪਰੇ ਥਾਂ ਪੈ ਹੀ ਲੱਗਦੇ, ਇਹ ਤੇ ਫਰਕ ਪੈ ਜਾਂਦਾ ਜੀ। ਹਾਂ, ਠੀਕ ਹੈ ਵੀਰ ਜੀ, ਸਾਰੀ ਨੀਲੀ ਦੀ ਵੇਲੋ। ਠੀਕ ਹੈ ਜੀ, ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣਾ,
तसली करके अपनी समझ के हिसाब ना खड़े जी। अखा बिलियां जी, अखा भी जड़ियां दोवें बिलियां जड़ियां। तां जी दोस्तों वीडियो पूरा देखने लई बहुत बहुत धन्यवाद जी।